ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੋਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਡਾਕਟਰ ਸਾਹਿਬ ਅੱਜ 1 ਨਵੰਬਰ 2013 1671 ਨਾਨਕਸ਼ਹੀ ਸਮਾਪ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੋਨ ਮੈਸੇजेस ਟੈਕਸ ਅਤੇ ਟਿਊਟਰ ਮੈਸੀ ਦੇ ਨਾਲ ਕਰਦੇ ਹਾਂ ਸਾਡੀ ਪਹਿਲੀ ਈਮੇਲ ਆਈ ਹੈ ਯੂਕੇ ਤੋਂ ਵੀਰ ਅਮਰਿਤਪਾਲ ਸਿੰਘ ਜੀ ਦੀ ਜੀ ਇਹ ਲਿਖਦੇ ਹਨ ਡਾਕਟਰ ਸਾਹਿਬ ਮੈਂ ਯੂਕੇ ਵਿੱਚ ਸਟੱਡੀ ਵਿਜ਼ੇ ਤੇ ਆਇਆ ਸੀ ਮੈਂ ਤੁਹਾਡੇ ਪ੍ਰੋਗਰਾਮ ਸੱਚ-ਸੱਚ ਨੂੰ ਬਹੁਤ ਪਸੰਦ ਕਰਦਾ ਹਾਂ ਤੇ YouTube ਤੇ ਅਪਲੋਡ ਹੋਣ ਦੀ ਵੇਟ ਕਰਦਾ ਰਹਿੰਦਾ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਸੁਣ ਕੇ ਸੌਂਦਾ ਹਾਂ ਆਪਣੀ ਨੀਂਦ ਦੀ ਪਰਵਾਹ ਨਹੀਂ ਕਰਦਾ ਮੈਂ ਡਾਕਟਰ ਸਾਹਿਬ ਨੂੰ ਬਹੁਤ ਪਸੰਦ ਕਰਦਾ ਹਾਂ ਜਦ ਮੈਂ ਭਾਰਤ ਵਿੱਚ ਸੀ 10ਵੀਂ ਕਲਾਸ ਤੱਕ ਹਿੰਦੁਸਤਾਨ ਨਾਲ ਪਿਆਰ ਕੀਤਾ ਸੀ ਕਿਉਂਕਿ ਜੋ ਉਹਨਾਂ ਦੀਆਂ ਕਿਤਾਬਾਂ ਵਿੱਚ ਝੂਠ ਪੜਿਆ ਸੀ ਫਿਰ ਦਿਨ ਬਦਲੇ ਅਤੇ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਿਆ ਸਿੱਖਾਂ ਦੇ ਖਿਲਾਫ ਨਫ਼ਰਤ ਬਾਰੇ ਪਤਾ ਲੱਗਿਆ ਜਿਸ ਕਾਰਨ ਜੋ ਪਿਆਰ ਹਿੰਦੁਸਤਾਨ ਦੇ ਲਈ ਮੇਰੇ ਦਿਲ ਵਿੱਚ ਸੀ ਉਹ ਨਫ਼ਰਤ ਵਿੱਚ ਬਦਲ ਗਿਆ ਇਹ ਨਫ਼ਰਤ 100 ਗੁਣਾ ਵੱਡੀ ਹੈ ਹੁਣ ਡਾਕਟਰ ਸਾਹਿਬ ਤੁਹਾਨੂੰ ਬਹੁਤ ਗਿਆਨ ਮਿਲਦਾ ਹੈ ਆਪ ਜੀ ਦੀ ਸੇਵਾ ਬਹੁਤ ਵੱਡਮੁੱਲੀ ਹੈ ਮੇਰੇ ਕੋਲ ਦੋ ਸਵਾਲ ਹਨ ਪਹਿਲਾ ਦਰਬਾਰ ਸਾਹਿਬ ਵਿੱਚ ਜੈਕਾਰਾ ਕਿਉਂ ਨਹੀਂ ਲਗਾਇਆ ਜਾਂਦਾ ਦੂਜਾ ਸਾਨੂੰ ਸਾਡਾ ਕੌਮੀਕਰ ਖਾਲਸਾਤਨ ਮਿਲ ਜਾਣ ਤੋਂ ਬਾਅਦ ਸਾਡੇ ਹੱਥੋਂ ਅਗਾ ਸਾਡਾ ਤਾਕਤ ਸ੍ਰੀ ਹਜ਼ੂਰ ਸਾਹਿਬ ਖਸ ਗਿਆ ਤਾਂ ਸੇਵਾ ਸੰਭਾਲ ਕਿਵੇਂ ਹੋਵੇਗੀ ਕਿਉਂਕਿ ਹਿੰਦੂ ਰਾਜ ਵਿੱਚ ਅਸੀਂ ਸਟੇਟ ਨਹੀਂ ਹਾਂ ਅਸੀਂ ਨਨਕਾਣਾ ਸਾਹਿਬ ਵੀ ਗਵਾ ਬੈਠੇ ਹਾਂ ਕਿ ਅਸੀਂ ਪਾਕਿਸਤਾਨੀ ਪੰਜਾਬ ਆਪਣੇ ਖਾਲਸਾਤਨ ਵਿੱਚ ਮਿਲਾ ਸਕਦੇ ਹਾਂ ਕਈ ਵਾਰੀ ਮੈਂ ਇਸ ਬਾਰੇ ਸੋਚ ਕੇ ਆਪਣੀ ਸੋਚ ਨੂੰ ਇੱਕ 5 ਸਾਲ ਦੇ ਬੱਚੇ ਦੀ ਸੋਚ ਕਹਿੰਦਾ ਹਾਂ ਪਰ ਫਿਰ ਸੋਚ ਕੇ ਕਹਿੰਦਾ ਹਾਂ ਕਿ ਅਗਰ ਗੁਰੂ ਸਾਹਿਬ ਕਿਰਪਾ ਕਰਨ ਤਾਂ ਕੀ ਨਹੀਂ ਹੋ ਸਕਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਅਮਰਿਤਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੇ ਸਾਨੂੰ ਯੂਕੇ ਤੋਂ ਲਿਖਿਆ ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਜੀ ਬੇਸ਼ੱਕ ਆਸਟ੍ਰੇਲੀਆ ਚ ਨੇ ਨਿਊਜ਼ੀਲੈਂਡ ਚ ਨੇ ਕੈਨੇਡਾ ਚ ਨੇ ਯੂਕੇ ਚ ਨੇ ਅ ਵਿਦਿਆਰਥੀ ਵਿਜੇ ਤੇ ਆਏ ਬੇਸ਼ੱਕ ਉਹਨਾਂ ਨੇ ਆਪਣੀ ਪੜ੍ਹਾਈ ਅੱਗੇ ਕੀਤੀ ਜਾਂ ਕਿਸੇ ਕੰਮਕਾਰ ਦੇ ਹਵਾਲੇ ਨਾਲ ਉੱਥੇ ਰੁੱਕ ਗਏ ਜੀ ਉਹਨਾਂ ਦੇ ਕੋਲ ਕਿਉਂਕਿ ਉਹਨਾਂ ਨੇ ਆਪਣਾ ਬਚਪਨ ਜਾਂ ਆਲਮੋਸਟ 20 ਸਾਲ ਤੱਕ ਦੀ ਉਮਰ ਤਾਂ ਬਹੁਤੇ 18 ਸਾਲ ਤੋਂ ਉੱਪਰ ਹੀ ਨੇ ਹਾਈ ਸਕੂਲ ਕਰਨ ਤੋਂ ਬਾਅਦ ਹੀ ਆਂਦੇ ਨੇ ਜੀ ਉਹ ਪੰਜਾਬ 'ਚ guzari ਹੋਈ ਹੈ ਸੋ ਉਹ ਸਾਡੀ ਤਾਜ਼ਾ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਭਈ ਔਰ ਇਹ ਗੱਲ ਇਸ ਵਿਚਾਰ ਨੂੰ ਅਗੇਨ ਮਜ਼ਬੂਤ ਕਰਦੀ ਹੈ ਜਿਹੜੇ ਵੀਰ ਕਹਿੰਦੇ ਨੇ ਕਿ ਕਿਵੇਂ ਜਿਹੜੀਆਂ ਟੈਕਸਟ ਬੁਕਸ ਨੇ ਜਾਂ ਉੱਥੋਂ ਦਾ ਸਕੂਲਿੰਗ ਸਿਸਟਮ ਹੈ ਉਹ ਕਿਵੇਂ ਬ੍ਰੇਨ ਵਾਸ਼ ਕਰ ਰਿਹਾ ਬੱਚਿਆਂ ਦੀ ਜੀ ਸੋ ਇਹਨਾਂ ਦਾ ਅਮਰਪਾਲ ਸਿੰਘ ਹਰੋਂ ਦਾ ਵੀ ਕਹਿਣਾ ਹੈ ਕਿ ਉਹਨਾਂ ਨੇ ਜਦੋਂ ਉੱਥੇ ਪੜ੍ਹਦੇ ਸਨ 10ਵੀਂ ਤੱਕ ਭਾਰਤ ਦੇ ਨਾਲ ਉਹ ਪਿਆਰ ਕਰਦੇ ਸੀ ਜ਼ਾਰੇ ਮਾਰਨਿੰਗ ਅਸੈਂਬਲੀ ਤੋਂ ਸ਼ੁਰੂ ਕਰਕੇ ਦੇਸ਼ ਦੀ ਰੱਖਿਆ ਕੌਣ ਕਰੇਗਾ ਹਮ ਕਰਾਂਗੇ ਹਮ ਕਰਾਂਗੇ ਇਹ ਤੋਂ ਨਾਰੇ ਸ਼ੁਰੂ ਕਰਦੇ ਨੇ ਜੀ ਜੀ ਤੇ ਜਨ ਗਨ ਮਨ ਭਾਵੇਂ ਉੱਥੇ ਫਿਲਮ ਚੱਲਣੀ ਹੋਵੇ ਜਾਂ ਕੋਈ ਹੋਰ ਹੋਵੇ ਉਹ ਉਸ ਦੇ ਨਾਲ ਜੋੜਿਆ ਹੁੰਦਾ ਹੈ ਜੀ ਸਕੂਲ ਦੀਆਂ ਟੈਕਸਟ ਦੇ ਵਿੱਚ ਕੋਈ ਸਿੱਖ ਧਰਮ ਨੂੰ ਅੜਰੇ ਧਰਮ ਵਜੋਂ ਮੰਨਤਾ ਨਹੀਂ ਹੈ ਜਦੋਂ ਭਗਤੀ ਲਹਿਰ ਦੀ ਗੱਲ ਕਰਨਗੇ ਫਿਰ ਰਾਮਾਨੁਜ ਤੋਂ ਸ਼ੁਰੂ ਕਰਕੇ ਕਬੀਰ ਜੀ ਰਵਿਦਾਸ ਜੀ ਨਾਮਦੇਵ ਜੀ ਗੁਰੂ ਨਾਨਕ ਸਾਹਿਬ ਉਹ ਸਾਰੇ ਨੂੰ ਹੀ ਭਾਰਤ ਦੀ ਭਗਤੀ ਲਹਿਰ ਬਣਾ ਦਿੰਦੇ ਨੇ ਜੀ ਜੇ ਉਹ ਰਾਸ਼ਟਰੀ ਜਿਹੜੇ ਨਾਇਕਾਂ ਦੀ ਗੱਲ ਕਰਨਗੇ ਤੇ ਫਿਰ ਮਾਰਾਣਾ ਪ੍ਰਤਾਪ ਸ਼ਿਵਾਜੀ ਤੇ ਗੁਰੂ ਗੋਬਿੰਦ ਸਿੰਘ ਉਸ ਕੈਟਾਗਰੀ ਚ ਗੁਰੂ ਸਾਹਿਬ ਨੂੰ ਇਹ ਰੱਖ ਦਿੰਦੇ ਨੇ ਜਿਵੇਂ ਕਿ ਉਹ ਇੱਕ ਜਸਟ ਸਧਾਰਨ ਰਾਜੇ ਜਾਂ ਨਾਇਕ ਹੋਣ ਜੋ ਜੇ ਪ੍ਰਤਾਪ ਜਾਂ ਸ਼ਿਵਾਜੀ ਸੀ ਜੀ ਸੋ ਜ਼ਾਹਰੇ ਵੀ ਇਹ ਸਾਰਾ ਅਸਰ ਹੁੰਦੇ ਪਰ ਜਦੋਂ ਬਾਹਰ ਆ ਕੇ ਇੱਕ ਫ੍ਰੀ ਕੰਟਰੀ ਦੇ ਵਿੱਚ ਤੁਹਾਡੇ ਕੋਲ ਖੁੱਲ ਕੇ ਜਾਣਕਾਰੀ ਤੁਹਾਨੂੰ حاصل ਹੁੰਦੀ ਹੈ ਤੇ ਫਿਰ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਵੀ ਹਕੀਕਤ ਕੀ ਹੈ ਜੀ ਸੋ ਇਸ ਹਕੀਕਤ ਉਹ ਵੀ ਜਾਣੂ ਨੇ ਸੋ ਅਸੀਂ ਸਮਝਦੇ ਹਾਂ ਕਿ ਇਸੇ ਲਈ ਜਿਹੜਾ ਆਈਡੀਆਜ਼ ਦਾ ਆਦਾਨ-ਪ੍ਰਦਾਨ ਹੈ ਵਿਚਾਰਾਂ ਦਾ ਆਪਸ ਦੇ ਵਿੱਚ ਵਟਾਂਦਰਾ ਇਹ ਬੜਾ ਅਹਿਮ ਹੁੰਦਾ ਹੈ ਔਰ ਇਸ ਚੋਂ ਹੀ ਗਿਆਨ ਨਿਕਲਦਾ ਹੈ ਔਰ ਗੁਰੂ ਨਾਨਕ ਸਾਹਿਬ ਦਾ ਇੱਕ ਔਟ ਮੈਂ ਅਕਸਰ ਦੁਹਰਾਉਂਦਾ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਸੁਣਨਾ ਤੇ ਕਹਿਣਾ ਇਹੀ ਵਿਚਾਰ ਉਠਾਉਂਦੇ ਰਹੇ ਜੀ ਹੁਣ ਜਿਹੜੇ ਦੋ ਸਵਾਲ ਨੇ ਉਹਨਾਂ ਦੇ ਪਹਿਲਾ ਤਾਂ ਉਹਨਾਂ ਦਾ ਇਹ ਸਵਾਲ ਕਿ ਹਰਮੰਦਰ ਸਾਹਿਬ ਦੇ ਵਿੱਚ ਜਾਕਾਰਾ ਕਿਉਂ ਨਹੀਂ ਗਜਾਇਆ ਜਾਂਦਾ ਜੀ ਅ ਪਿਛਲੇ ਦਿਨਾਂ 'ਚ ਟ੍ਰਾਂਟੋ ਦੇ ਰੇਡੀਓ ਸਫਰ ਦੇ ਉੱਤੇ ਵੀ ਇਹ ਸਵਾਲ ਸੀ ਜੀ ਕਿਸੇ শ্রোਤੇ ਦਾ ਔਰ ਮੈਂ ਸਗੋਂ ਇਹਦੇ ਨਾਲ ਇੱਕ ਹੋਰ ਵੀ ਸ਼ਬਦ ਜੋੜਦੇ ਆ ਕਿ ਇਹੀ ਨਹੀਂ ਵੀ ਹਰਮੰਦਰ ਸਾਹਿਬ ਦੇ ਅੰਦਰ ਜਾਕਾਰਾ ਨਹੀਂ ਗਜਾਇਆ ਜਾਂਦਾ ਹਰਮੰਦਰ ਸਾਹਿਬ ਦੇ ਅੰਦਰ ਨਗਾਰਾ ਵੀ ਨਹੀਂ বাজਾਇਆ ਜਾਂਦਾ ਜੀ ਹੁਣ ਇਹ ਸਵਾਲ ਬਹੁਤਿਆਂ ਦੇ ਮਨ 'ਚ ਆਏਗਾ ਵੀ ਐਸਾ ਕਿਉਂ ਹੈ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਵੀ ਹਰਮੰਦਰ ਸਾਹਿਬ ਦੀ ਸਟੈਬਲਿਸ਼ਮੈਂਟ ਉਸ ਦੀ ਸਥਾਪਨਾ ਜੀ ਤੇ ਉਸ ਦਾ ਆਬਜੈਕਟਿਵ ਉਸ ਦਾ ਨਿਸ਼ਾਨਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੇ ਉਸ ਦਾ ਨਿਸ਼ਾਨਾ ਇੱਕ ਹੀ ਹੈ ਜੀ ਹੁਣ ਜਦੋਂ ਅਸੀਂ ਹਰਮੰਦਰ ਸਾਹਿਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਫਿਰ ਸਾਡੀ ਜਿਹੜੀ ਇੱਕ ਮਨੋਤ ਹੈ ਪਰੰਪਰਾ ਹੈ ਜਾਂ ਹਵਾਲਾ ਹੈ ਕਿ ਹਰਮੰਦਰ ਸਾਹਿਬ ਦੀ ਨੀ ਜਿਹੜੀ ਹੈ ਉਹ ਸਾਈ ਮੀਆਂ ਮੀਰ ਨੇ ਰੱਖੀ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੈ ਔਰ ਉਹਨਾਂ ਨੇ ਨੀ ਰੱਖੀ ਹਾਲਾਂਕਿ ਇੱਕ ਵਿਚਾਰ ਹੁਣ ਕੁਝ ਸਿੱਖ ਸਕਾਲਰਸ ਵੱਲੋਂ ਇਹ ਵੀ ਦਿੱਤਾ ਜਾ ਰਿਹਾ ਹੈ ਵੀ ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਨੇ ਤਾਂ ਖੈਰ ਪੂਰਨ ਥਾਲ ਤਾਲ ਖਟਾਇਆ ਜੀ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਹਰਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਹੀ ਉਹਨਾਂ ਦੇ ਵੇਲੇ ਹੀ ਮੁਕੰਮਲ ਹੋਇਆ ਸੋ ਇੱਕ ਵਿਚਾਰ ਹੁਣ ਇਹ ਵੀ ਉੱਭਰ ਰਿਹਾ ਹੈ ਵੀ ਨਹੀਂ ਜਿਹੜੀ ਹੈ ਗੁਰੂ ਅਰਜਨ ਸਾਹਿਬ ਨੇ ਰੱਖੀ ਪਰ ਮੈਂ ਸਾਈ ਮੀਆਂ ਮੀਰ ਵਾਲੇ ਪਾਠ ਦਾ ਸੀ ਅੱਗੇ ਵੀ ਜ਼ਿਕਰ ਕੀਤਾ ਸੀ ਜੀ ਵੀਰ ਅਮਰਜੀਤ ਸਿੰਘ ਚੰਡੀਗੜ੍ਹ ਵਾਲਿਆਂ ਦੀ ਜਦੋਂ ਈਮੇਲ ਸੀ ਔਰ ਹਰਮੰਦਰ ਸਾਹਿਬ ਦੀ ਕਾਰ ਸੇਵਾ ਦੇ ਵਿੱਚ ਕਿਉਂਕਿ ਸਰੋਵਰ ਪਹਿਲਾਂ ਬਣਿਆ ਜੀ ਸਰੋਵਰ ਦੇ ਵਿੱਚ ਹੀ ਖਰੀਦਾ ਮੰਦਰ ਰੱਬ ਦਾ ਘਰ ਬਣੇ ਸੋ ਉਹਦੇ ਵਿੱਚ ਕੁੱਲ ਮਨੁੱਖਤਾ ਮਾਤਰ ਨੇ ਜਿਹੜੇ-ਜਿਹੜੇ ਵੀ ਜਿੱਥੋਂ-ਜਿੱਥੋਂ ਵੀ ਹਿੰਦੂ ਸਿੱਖ ਮੁਸਲਮਾਨ ਜਿਹੜੇ ਨੇ ਉਹ ਆ ਸਕਦੇ ਸੀ ਆਏ ਔਰ ਉਹਨਾਂ ਨੇ ਉਸ ਸੇਵਾ ਦੇ ਵਿੱਚ ਹਿੱਸਾ ਲਿਆ ਉਹਦੇ ਚ ਅਸੀਂ ਵਜ਼ੀਰ ਖਾਨ ਦਾ ਜ਼ਿਕਰ ਵੀ ਪੜਦੇ ਹਾਂ ਜੀ ਜਿਸ ਨੂੰ ਜਲੋਦਰ ਦਾ ਰੋਗ ਸੀ ਔਰ ਬਾਬਾ ਬੁੱਢਾ ਜੀ ਨੇ ਜਿਹੜੇ ਕਿ ਜਿਹੜੀ 베ਰ ਬਾਬਾ ਬੁੱਢਾ ਉੱਥੇ ਥੱਲੇ ਬੈਠ ਕੇ ਉਸ ਸੇਵਾ ਕਰਵਾਉਂਦੇ ਸਨ ਫਿਰ ਇਸੇ ਤਰ੍ਹਾਂ ਦੂਸਰੇ ਗੁਰੂ ਅਰਜਨ ਸਾਹਿਬ ਦਾ ਮੰਜੀ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਬੈਠਦੇ ਸਨ ਜੀ ਨਹੀਂ ਸੋ ਉਹਦੇ ਚ ਹਰ ਇੱਕ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਖਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸ ਗੱਲ ਦਾ ਸਬੂਤ ਨੇ ਜਾਂ ਇਸ ਨੇ ਕਿ ਚਾਰੋਂ ਦਿਸ਼ਾਵਾਂ ਚਾਰੋਂ ਵਰਨਾ ਦੇ ਲਈ ਇਹ ਥਾਂ ਜਿਹੜੀ ਹੈ ਉਹ ਰੱਬ ਦਾ ਘਰ ਹੈ ਸਭ ਦੇ ਲਈ ਜੀ ਔਰ ਫਿਰ ਸਾਡੀ ਇਹ ਵੀ ਪਰੰਪਰਾ ਜਾਂ ਸਾਡਾ ਇਤਿਹਾਸਕ ਹਵਾਲਾ ਹੈ ਕਿ ਇੱਕ ਵਾਰ ਜਦੋਂ ਹਰਮੰਦਰ ਸਾਹਿਬ ਦੀ ਸਥਾਪਨਾ ਹੋਈ ਹੋ ਗਈ ਜੀ ਫਿਰ ਗੁਰੂ ਗ੍ਰੰਥ ਸਾਹਿਬ ਆਦ ਬੀੜ ਪੋਥੀ ਪਰਮੇਸ਼ਰ ਦਾ ਥਾਨ ਉਸ ਦਾ ਪ੍ਰਕਾਸ਼ ਹੋਇਆ ਜੀ ਔਰ ਇੱਕ ਵਾਰ ਜਦੋਂ ਹਰਮੰਦਰ ਸਾਹਿਬ 'ਚ ਪ੍ਰਕਾਸ਼ ਹੋਇਆ ਪੋਥੀ ਸਾਹਿਬ ਦਾ ਆਦ ਬੀੜ ਦਾ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਤਖਤ ਤੇ ਜਾਂ ਗੱਦੀ ਤੇ ਨਹੀਂ ਬੈਠੇ ਹਰਮੰਦਰ ਸਾਹਿਬ ਦੇ ਅੰਦਰ ਜੀ ਉਹ ਜ਼ਮੀਨ ਤੇ ਹੀ ਬੈਠਦੇ ਸਨ ਔਰ ਉੱਚੀ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਤਖਤ ਦੇ ਉੱਤੇ ਜਾਂ ਪੀੜੇ ਦੇ ਉੱਤੇ ਪ੍ਰਕਾਸ਼ਮਾਨ ਕੀਤਾ ਜਾਂਦਾ ਸੀ ਹਾਲਾਂ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹ ਨੇ ਦਿੱਤੀ ਜੀ ਪਰ ਉਸ ਪੀਰੀਅਡ ਦੇ ਵਿੱਚ ਇਹ ਪਰੰਪਰਾ ਐਸਟੈਬਲਿਸ਼ ਹੋਈ ਔਰ ਅੱਜ ਵੀ ਜਦੋਂ ਸ਼ਾਮ ਨੂੰ ਫਿਰ ਮਹਾਰਾਜ ਦੀ ਸਵਾਰੀ ਜੈਸ ਰੂਪ ਅਕਾਲ ਤਖਤ ਸਾਹਿਬ ਜਿਹੜਾ ਬਾਦ ਪਹਿਲਾਂ ਉਸ ਦੇ ਇੱਕੋ ਥਾਂ ਜਿੱਥੇ ਕਿ ਸੁਖਾਸਣ ਹੁੰਦਾ ਉਹਨੂੰ ਕੋਠਾ ਸਾਹਿਬ ਵੀ ਕਿਹਾ ਜਾਂਦਾ ਸੀ ਜੂਨ 84 ਜੀ ਸੁਣਿਆ ਕਿ ਜੀ ਉਹ ਕੋਠਾ ਸਾਹਿਬ ਹੈ ਜੀ ਪਰ ਉੱਥੇ ਅੱਜ ਇੱਕ ਪਰੰਪਰਾ ਅੱਜ ਵੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਭਾਇਮਾਨ ਕੀਤਾ ਜਾਂਦਾ ਸੁਖਾਸਣ ਦੇ ਲਈ ਤੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ ਅਜਵੀ ਸੋ ਇਹ ਇਸ ਗੱਲ ਦਾ ਸਬੂਤ ਸੀ ਕਿ ਗੁਰੂ ਅਰਜਨ ਸਾਹਿਬ ਜਿਹੜੇ ਨੇ ਆਪ ਜ਼ਮੀਨ ਤੇ ਸੌਂਦੇ ਸਨ ਔਰ ਮਹਾਰਾਜ ਦਾ ਜਿਹੜਾ ਉੱਚੀ ਥਾਂ ਦੇ ਉੱਤੇ ਉਹਨਾਂ ਦਾ ਸੁਖਾਸਣ ਹੁੰਦਾ ਸੀ ਜੀ ਸੋ ਹੁਣ ਬੇਸ਼ੱਕ ਗੁਰੂ ਜੋਤ 10ਵੇਂ ਪਾਤਸ਼ਾਹ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸਨ ਪਰ ਗੁਰੂ ਜੋਤ 10 ਜਾਮਿਆਂ ਦੇ ਵਿੱਚ ਸੀ ਜਦੋਂ ਤੱਕ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੀ ਇਹ ਨਹੀਂ ਹੋਇਆ ਹੁਣ ਇਹ ਅਸੀਂ ਸਮਝਦੇ ਆਂ ਵੀ ਹਰਮੰਦਰ ਸਾਹਿਬ ਦੀਆਂ ਪਰੰਪਰਾਵਾਂ ਦੇ ਵਿੱਚ ਇਹ ਗੱਲ ਜ਼ਾਹਰ ਹੈ ਕਿ ਹਰਮੰਦਰ ਸਾਹਿਬ ਮੂਲ ਤੌਰ ਦੇ ਉੱਤੇ ਪੀਰੀ ਦੇ ਸੈਂਟਰ ਦੇ ਤੌਰ ਤੇ ਜਿਹੜਾ ਕਿ ਕੁੱਲ ਮਨੁੱਖਤਾ ਲਈ ਹੈ ਉਸ ਨੂੰ ਸਥਾਪਿਤ ਕੀਤਾ ਹੈ ਹੁਣ ਅਸੀਂ ਅਕਾਲ ਤਖਤ ਸਾਹਿਬ ਦੇ ਇਤਿਹਾਸ ਵੱਲ ਥੋੜੀ ਜਿਹੀ ਨਜ਼ਰ ਮਾਰੀਏ ਅਕਾਲ ਤਖਤ ਸਾਹਿਬ ਦਾ ਨੀ ਪੱਥਰ ਜਾਂ ਉਸ ਨੂੰ ਫਾਊਂਡ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਜੀ اور ਉਸ ਬਾਰੇ ਸਾਡੀ ਪਰੰਪਰਾ ਜਾਂ ਇਤਿਹਾਸਕ ਸਾਡੇ ਹਵਾਲੇ ਸਾਨੂੰ ਯਾਦ ਕਰਵਾਉਂਦੇ ਨੇ ਕਿ ਕਿਨਹੂ ਰਾਜ ਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਇਓ ਜੀ ਬਾਬਾ ਬੁੱਢਾ ਜੀ ਨੇ ਘਾਰਾ ਤਿਆਰ ਕੀਤਾ ਭਾਈ ਗੁਰਦਾਸ ਜੀ ਨੇ ਇੱਟਾਂ ਫੜਾਈਆਂ ਜਾਂ ਉਸ ਥੜਾ ਸਾਬ ਜਿਹੜਾ ਬਾਅਦ ਦੇ ਵਿੱਚ ਅਕਾਲ ਤਖਤ ਦੇ ਤੌਰ ਦੇ ਉੱਤੇ ਉਸ ਦਾ ਵਿਕਾਸ ਹੋਇਆ ਉਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਫਾਊਂਡੇਸ਼ਨ ਰੱਖੀ ਔਰ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਤੇ ਹੀ ਹੱਥ ਲੱਗੇ ਨੇ ਕਿਸੇ ਰਾਜ ਦੇ ਵੀ ਹੱਥ ਨਹੀਂ ਲੱਗੇ ਸੋ ਜ਼ਾਹਰ ਹੈ ਵੀ ਇਹ ਹਰਮੰਦਰ ਸਾਹਿਬ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੁੰਦੀ ਹੈ ਔਰ ਅਕਾਲ ਤਖਤ ਸਾਹਿਬ ਦਾ ਇਸ ਕਿਸਮ ਦਾ ਸਟਰਕਚਰ ਹੈ ਕਿ ਜਦੋਂ ਤੁਸੀਂ ਤਖਤ ਤੇ ਬੈਠਦੇ ਹੋ ਅਕਾਲ ਤਖਤ ਤੇ ਤਾਂ ਤੁਹਾਡੇ ਸਾਹਮਣੇ ਹਰਮੰਦਰ ਹੈ ਜੀ ਮੂੰਹ ਤੁਹਾਡਾ ਉਸ ਪੀਰੀ ਦੇ ਕੇਂਦਰ ਵਾਲਾ ਹੈ ਕਿ ਤਖਤ ਪਾਵਰ ਦਾ ਚਿੰਨ ਹੈ ਸੋਵਰਨਿਟੀ ਦਾ ਚਿੰਨ ਹੈ ਚਵਰ ਛਤਰ ਤਖਤ ਜੀ ਜੀ اور ایک ਮੈਸੇਜ ਹੈ ਜਮੇ ਸਰ ਕਪੂਰ ਸਿੰਘ ਨੇ ਥੀਓ ਪੋਲਿਟੀਕਲ ਸਟੇਟਸ ਆਫ ਗੋਲਡਨ ਟੈਂਪਲ ਚ ਲਿਖਿਆ ਹੈ ਕਿ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਸਾਹਿਬ ਹਰਮੰਦਰ ਨੂੰ ਫੇਸ ਕਰਦੇ ਆ ਇਹ ਯਾਦ ਕਰਵਾਉਂਦਾ ਹੈ ਕਿ ਇਸ ਸਿੱਖੀ ਦਾ ਤਖਤ ਇਸ ਅਕਾਲ ਦਾ ਤਖਤ ਇਸ ਸੱਚ ਹੱਕ ਇਨਸਾਫ ਤੇ ਤਖਤ ਤੋਂ ਕੋਈ ਵੀ ਜਿਹੜਾ ਲਿਆ ਗਿਆ ਫੈਸਲਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਗੁਰੂ ਸਾਹਿਬਾਂ ਦਾ ਜਿਹੜਾ ਅਧਿਆਤਮ ਦਾ ਮੈਸੇਜ ਹੈ ਉਸ ਦੀ ਰੋਸ਼ਨੀ ਦੇ ਵਿੱਚ ਹੀ ਲਿਆ ਜਾਏਗਾ ਜੀ ਹੁਣ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ جاری ਹੁੰਦੇ ਨੇ ਉਹ ਸਿਰਫ ਸਿੱਖਾਂ ਤੇ ਬਾਈਂਡਿੰਗ ਹੁੰਦੇ ਨੇ ਜੀ ਹਰਿਮੰਦਰ ਸਾਹਿਬ ਦੀ ਬਾਣੀ ਜਿਹੜੀ ਹੈ ਹਰਿਮੰਦਰ ਸਾਹਿਬ 'ਚ ਕੋਈ ਵੀ ਆਪਣੀ ਭੇਟ ਚੜਾਉਂਦਾ ਹੈ ਕਰਦਾ ਹੈ ਅਕਾਲ ਤਖਤ ਸਾਹਿਬ ਤੇ ਹੁਣ ਤਾਂ ਮੈਨੂੰ ਨਹੀਂ ਪਤਾ ਪਰ ਇਹ ਲਿਖਿਆ ਹੁੰਦਾ ਸੀ ਕਿ ਇੱਥੇ ਕਿਸੇ ਪਤਤ ਦੀ ਅਰਦਾਸ ਨਹੀਂ ਹੋ ਸਕਦੀ ਜੀ ਹੁਣ ਜਿਹੜਾ ਸਿੱਖੀ ਤੋਂ ਪਤਤ ਹੈ ਅੰਮ੍ਰਿਤਸਰ 'ਕੇ ਜਿਨੇ ਭੰਗ ਕੀਤਾ ਹੈ ਉਹ ਹਰਮੰਦਰ ਸਾਹਿਬ ਕੋਈ ਵੀ ਜਾ ਸਕਦਾ ਹੈ ਉੱਥੇ ਹਰ ਇੱਕ ਦਾ ਪ੍ਰਸ਼ਾਦ ਐਕਸੈਪਟ ਹੁੰਦਾ ਹੈ ਪਰ ਇਹ ਇੱਕ ਡਿਸਟਿੰਕਸ਼ਨ ਸੀ ਇਸੇ ਤਰ੍ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਵੇਰ ਵੇਲੇ ਪਾਲਕੀ ਸਾਹਿਬ ਜਿਹੜਾ ਕਿ ਇੱਕ ਬੜਾ ਅ ਸ਼ਰਦਾ ਭਰਪੂਰ ਉਹ ਮੌਕਾ ਵੀ ਹੁੰਦਾ ਹੈ ਅਧਿਆਤਮ ਦੀ ਚਾਰ ਚਫੇਰੇ ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ ਜੀ ਸ਼ਾਨੋ ਸ਼ੌਕਤ ਵੀ ਹੁੰਦੀ ਤੇ ਨਗਾਰਾ ਜਿਹੜਾ ਉਸ ਦੇ ਉੱਤੇ ਛੋਟ ਹੁੰਦੀ ਹੈ ਨਰਸਿੰਗਾ ਵਜਦਾ ਤੇ ਨਗਾਰਾ ਨਰਸਿੰਗਾ ਤੇ ਜਕਾਰਾ ਬਾਣੀ ਵੀ ਪੜਦੇ ਜਾਂਦੇ ਨੇ ਜੀ ਜੀ ਉਸ ਦੇ ਵਿੱਚ ਕਿਉਂਕਿ ਉਹ ਤਖਤ ਹੈ ਜਿਹੜਾ ਜਕਾਰਾ ਔਰ ਨਗਾਰੇ ਇਹ ਬਾਦਸ਼ਾਹਤ ਮੀਰੀ ਦੇ ਨਾਲ ਜੁੜੀ ਹੋਈ ਚੀਜ਼ ਹੈ ਜੀ ਬੇਸ਼ੱਕ ਅਸੀਂ ਆਪਣੇ ਗੁਰਦੁਆਰਿਆਂ 'ਚ ਕਿਉਂਕਿ ਮੀਰੀ ਪੀਰੀ ਨੂੰ ਦਾ ਸੰਗਮ ਹੈ ਸੋ ਇਸ ਲਈ ਅਸੀਂ ਜਕਾਰਾ ਵੀ ਗੁਰਦੁਆਰਾ ਸਾਹਿਬ ਜਗੇ ਜਾਂਦੇ ਹਾਂ ਔਰ ਇਹ ਵੀ ਹਦਾਇਤ ਹੈ ਵੀ ਨਗਾਰਾ ਵੀ ਹੋਏ ਹੁਣ ਅਮਰੀਕਾ ਕੈਨੇਡਾ ਦੇ ਬਹੁਤ ਸਾਰੇ ਗੁਰਦੁਆਰਿਆਂ 'ਚ ਵੀ ਅਰਦਾਸ ਵੇਲੇ ਵੀ ਜਦੋਂ ਬੋਲੋ ਜੀ ਵਾਹਿਗੁਰੂ ਨਗਾਰਾ ਵੱਜਦਾ ਜੀ ਸੋ ਸਾਡੇ ਗੁਰਦੁਆਰਾ ਸਹਿਬਾਨ ਇਸ ਦਾ ਮੇਲ ਨਹੀਂ ਮੀਰੀ ਪੀਰੀ ਦਾ ਪਰ ਜ਼ਾਰ ਹੈ ਕਿ ਹਰਮੰਦਰ ਸਾਹਿਬ ਤੇ ਅਕਾਲ ਤਖਤ ਕਿਉਂਕਿ ਇਹ ਇੱਕ ਦੋ ਇਤਿਹਾਸਕ ਸਥਾਪਤੀਆਂ ਨੇ ਇੱਕ ਪੀਰੀ ਦੇ ਰੂਪ ਚ ਇੱਕ ਮੀਰੀ ਦੇ ਰੂਪ ਚ ਜੀ ਔਰ ਇਸ ਲਈ ਇਸ ਮੀਰੀ ਦੇ ਤਖਤ ਦੇ ਉੱਤੇ ਸ਼ਸਤਰ ਤਖਤ ਦੇ ਉੱਤੇ ਸ਼ਸਤਰ ਵੀ ਰੱਖੇ ਜਾਂਦੇ ਨੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਹਰ ਰੋਜ਼ ਔਰ ਇਹੀ ਕਾਰਨ ਹੈ ਵੀ ਡਿਫੈਂਡ ਵੀ ਤਖਤ ਨੂੰ ਸ਼ਸਤਰਾਂ ਦੇ ਨਾਲ ਕੀਤਾ ਜਾਂਦਾ ਉਹ ਬਾਬਾ ਗੁਰਬਖਸ਼ ਸਿੰਘ ਹੋਣ ਜੀ ਬਾਬਾ ਦੀਪ ਸਿੰਘ ਹੋਣ ਜਾਂ ਅੱਜ ਦੇ ਸਮੇਂ ਚ ਸਰਜਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਹੋਣ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੋਰਚਾ ਬੰਦੀਆਂ ਵੀ ਕੀਤੀਆਂ ਜੀ ਡਿਫੈਂਡ ਵੀ ਕੀਤਾ ਹਥਿਆਰ ਵੀ ਰੱਖੇ ਪਰ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਸਿੱਖ ਨੇ ਕਦੇ ਜਿਹੜੀ ਹੈ ਉਹ ਹਥਿਆਰ ਦੇ ਨਾਲ ਪੋਜੀਸ਼ਨ ਨਹੀਂ ਲਈ ਹੁਣ ਵੀ ਔਰ ਇਵਨ ਸਰਕਾਰ ਨੇ ਇਹਨਾਂ ਨੇ ਝੂਠ ਬੋਲੇ ਕਲੂਕਾਰੇ ਦੇ ਹਵਾਲੇ ਨਾਲ ਵੀ ਅੰਦਰ ਆਹ ਮਿਲਿਆ ਆ ਉਹ ਮਿਲਿਆ ਈਵਨ ਉਹਨਾਂ ਨੇ ਵੀ ਇਹ ਕਹਿਣ ਦੀ ਜ਼ਰੂਰਤ ਨਹੀਂ ਕੀਤੀ ਵੀ ਹਰਮੰਦਰ ਸਾਹਿਬ ਚੋਂ ਗੋਲੀਆਂ ਚੱਲੀਆਂ ਕਿਉਂਕਿ ਇਹ ਗੱਲ ਵਾਜਿਹਾ ਸੀ ਸੰਤ ਪਿੰਡਾਂ ਵਾਲਿਆਂ ਤੇ ਜਾਂ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਤੇ ਕਿ ਇਹ ਪੀਰੀ ਦਾ ਜਿਹੜਾ ਸਟੈਬਲਿਸ਼ ਪਲੇਸ ਹੈ ਔਰ ਇੱਥੇ ਸਿਰਫ ਹਰੀ ਕੀਰਤਨ ਰੰਕਾਰ ਦੇ ਕੀਰਤਨ ਦੀ ਗੁਰਬਾਣੀ ਦਾ ਕੀਰਤਨ ਚੱਤੇ ਪੈਰ ਹੁੰਦਾ ਹੈ ਇਸ ਥਾਂ ਦੇ ਉੱਤੇ ਜਿਹੜਾ ਉਹ ਇਸ ਕਿਸਮ ਦੀ ਕੋਈ ਵੀ ਹਥਿਆਰਬੰਦ ਕਾਰਵਾਈ ਨਹੀਂ ਹੋਏਗੀ ਸੋ ਇਹ ਜਿੰਨਾ ਕਿ ਮੈਨੂੰ ਸਮਝ ਆਏ ਸਾਰੇ ਦੀ ਪਰ ਇੱਕ ਸ਼੍ਰੇਣੀ ਸਾਡੇ ਵਿਦਵਾਨਾਂ ਦੀ ਐਸੀ ਵੀ ਹੈ ਜਿਹੜੀ ਇਸ ਗੱਲ ਨੂੰ ਡਿਸਪੂਟ ਕਰਦੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਉਂਕਿ ਲੰਬਾ ਵਕਤ ਹਰਮੰਦਰ ਸਾਹਿਬ ਦੇ ਉੱਤੇ ਪੁਜਾਰੀਆਂ ਦਾ ਉਦਾਸੀਆਂ ਨਿਰਮਲਿਆਂ ਦਾ ਕੰਟਰੋਲ ਰਿਹਾ ਅਕਾਲੀ ਫੂਲਾ ਸਿੰਘ ਔਰ ਉਹਨਾਂ ਦੇ ਸਾਰੇ ਜਦੋਂ ਬਾਵ ਅ ਅੰਗਰੇਜ਼ਾਂ ਦੇ ਕੋਲ ਆਈ ਉਹਨਾਂ ਨੇ ਅਕਾਲੀ ਫੁੱਲਾ ਸਿੰਘ ਪਹਿਲਾਂ ਹੀ ਸ਼ਹੀਦ ਹੋ ਗਏ ਸੀ ਨਿਹੰਗ ਸਿੰਘਾਂ ਨੂੰ ਕਾਫੀ ਵੱਡੀ ਗਿਣਤੀ 'ਚ ਉਹਨਾਂ ਨੇ ਮਾਰਿਆ ਵੀ ਅੰਗਰੇਜ਼ਾਂ ਨੇ ਕਿਉਂਕਿ ਉਹਨਾਂ ਤੇ ਉਹਤਬਾਰ ਨਹੀਂ ਸੀ ਕਰਦੇ ਉਹਨਾਂ ਨੂੰ ਉਹ ਬੜੇ ਲਾਇਲ ਸਿੱਖ ਸਮਝਦੇ ਸੀ ਜੀ ਔਰ ਉਹਨਾਂ ਇਸ ਸੋਚ ਵਾਲਿਆਂ ਦਾ ਕਹਿਣਾ ਹੈ ਵੀ ਇਸ ਪੀਰੀਅਡ ਦੇ ਦੌਰਾਨ ਅੰਗਰੇਜ਼ਾਂ ਦੇ ਪ੍ਰਭਾਵ ਥੱਲੇ ਜਾਂ ਹਿੰਦੂਤਵ ਵੀ ਪ੍ਰਭਾਵ ਬ੍ਰਾਹਮਣਿਕਲ ਜਿਹੜਾ ਸ਼ਬਦ ਵਰਤਿਆ ਜਾਂਦਾ ਸੀ ਇਹ ਜਿਹੜਾ ਜੈਕਾਰ ਜਾਂ ਨਗਾਰਾ ਇਹ ਨਾਂ ਵਜਾਣਾ ਜਾਂ ਇਹ ਨਾਂ ਗਜਾਣਾ ਇਹ ਉਸ ਪੀਰੀਅਡ ਦੇ ਵਿੱਚ ਇਹ ਗੱਲ ਜਿਹੜੀ ਆ ਉੱਥੇ ਆਈ ਉਹਨਾਂ ਦਾ ਇਹ ਕਹਿਣਾ ਵੀ ਇਹੀ ਪੀਰੀਅਡ ਹੈ ਜਦੋਂ ਅ ਹੋਰ ਵੀ ਬਹੁਤ ਸਾਰੀਆਂ ਐਂਟੀ ਸਿੱਖ ਗੱਲਾਂ ਜਿਹੜੀਆਂ ਉਸ ਜਿਹਨੂੰ ਮਰਿਆਦਾ ਹਰਮੰਦਰ ਸਾਹਿਬ ਦੀ ਕਹਿੰਦੇ ਨੇ ਜੀ ਉਸ ਦੇ ਵਿੱਚ ਆਈਆਂ ਇਹ ਹੁਣ ਵਿਦਵਾਨਾਂ ਨੇ ਜਾਂ ਕਦੇ ਜਿਵੇਂ ਮੈਂ ਕਿਹਾ ਵੀ ਅੱਜ ਇਸ ਕਿਸਮ ਦੇ ਅ ਅਸੀਂ ਵਾਦ-ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਇਸ਼ੂ ਹੈ ਜੀ ਜਿਸ ਨੂੰ ਭਵਿੱਖ ਦੇ ਵਿੱਚ ਸਾਡੇ ਸਿੱਖ ਵਿਦਵਾਨ ਸਕਾਲਰ ਸਾਡੀਆਂ ਟਕਸਾਲਾਂ ਸੰਪਰਦਾਵਾਂ ਜਾਂ ਜਿਹੜੇ ਵੀ ਸਮਝਦੇ ਨੇ ਜਿਹਨਾਂ ਨੂੰ ਤੁਸੀਂ ਸਟੇਕ ਹোল্ডার ਕਹਿੰਦੇ ਹੋ ਜੀ ਸਿੱਖੀ ਤੇ ਸਾਡੇ ਕੋਲ ਵੀ ਕੁਝ ਕਹਿਣ ਨੂੰ ਹੈ ਜੀ ਸੋ ਉਹ ਬੈਠ ਸਕਦੇ ਨੇ ਦੇਖ ਸਕਦੇ ਨੇ ਕਿ ਵੀ ਇਹਦੇ ਵਿੱਚ ਕੀ ਹੈ ਪਰ ਜਿਹੜਾ ਰਵਾਇਤੀ ਰੀਜ਼ਨ ਹੈ ਜਾਂ ਇਤਿਹਾਸਿਕ ਇਤਿਹਾਸਕਾਰਾਂ ਦਾ ਸ਼ੰਕਾ ਹੈ ਮੈਂ ਦੋਨੋਂ ਹੀ ਵਿਊ ਪੁਆਇੰਟ ਦੇ ਦਤੈਨ ਸੋ ਇੱਕ ਕਾਰਨ ਹੈ ਕਿ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਜਕਾਰਾ ਔਰ ਨਗਾਰਾ ਨਹੀਂ ਹੈ ਜੀ ਔਰ ਇਹਨਾਂ ਦੇ ਦੂਸਰੇ ਸਵਾਲ ਦਾ ਜਵਾਬ ਅਸੀਂ ਸੈਕੰਡ ਸੈਕਸ਼ਨ ਚ ਦਿੰਨੇ ਜੀ ਈਅਰਜ਼ ਈਮੇਲ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿ ਸ਼ਾਰਟ ਬ੍ਰੇਕ